ਲਾਉਣ ਦੇ ਉੱਤੇ ਥੋੜਾ ਫਲ ਲੈ ਗਿਆ ਬਣਾ ਵਾਲਾ ਕੱਟ ਲੈ ਕੇ ਨਾਲ ਬੜੇ ਯਾਰ ਟੱਟੀ ਖਾਣੀ ਕਿਵੇਂ ਹੋ ਗਈ ਸਰ ਹਾਏ ਨਿਕਲ ਕੇ ਸੰਗੜ ਗਈ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵਾਲੀਕੁਮ ਮੈਂ ਤੁਹਾਡਾ ਭਰਾ ਮੁਹੰਮਦ ਸਮਾਤ ਉਮੀਦ ਕਰਦਾ ਕਿ ਸਾਰੇ ਭਰਾ ਠੀਕ ਹੋਣਗੇ ਖੈਰ ਹੋਣਗੇ ਅੱਲਾਹ ਦੇ ਕਰਮੋ ਫਜ਼ਲ ਦੇ ਨਾਲ ਅੱਜ ਦਾ ਵਲੋਗ ਕਰਦਾ ਜੀ ਸ਼ੁਰੂ ਅਤੇ ਜਿਹੜੇ ਭਰਾ ਸਾਡੇ ਚੈਨਲ 'ਤੇ ਨਵੇਂ ਆ ਸਾਡੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰਦਾ ਜੀ ਲਾਈਕ ਕਰਕੇ ਦੋਸਤਾਂ ਨਾਲ ਸ਼ੇਅਰ ਕਰ ਦੇਣਾ ਪੱਲੀਆਂ ਲੈ ਕੇ ਜਾ ਰਹੇ ਹਾਂ ਤੂੜੀ ਲਈ ਸੀ ਮੁੱਲ 1.5 ਕਿੱਲੇ ਦੀ ਉਹ ਅੱਜ ਚੱਕ ਕੇ ਲਿਆਉਣੀ ਆ ਸਾਰੀ ਜਿੰਨੀ ਵੀ ਹੈਗੀ ਹੈ ਨਾ ਉਹ ਸਾਰੀ ਲੈ ਕੇ ਆਉਣੀ ਆ ਘਰੇ ਸਿੱਟਣੀ ਲਿਆਉਣ ਕੇ ਉਹਦੇ 'ਚ ਹੁਣ ਅੱਧੀ ਪੰਨਾ ਪਾ ਛੱਡੀਆਂ ਕੋਈ ਪੱਲੀਆਂ ਆ ਰਹੀਆਂ ਵਾਂ ਅਤੇ 20-25 ਪੱਲੀਆਂ ਹੋ ਗਈਆਂ ਅਤੇ 20-25 ਦੇ ਵਿੱਚ ਪੰਨਾ ਪਾਉਂਦੇ ਅਤੇ ਸਿੱਟਦੇ ਹਾਂ ਘਰੇ 2-3 ਫੇਰੇ ਲਾਉਂਦੇ ਹਾਂ ਉਹ ਲੱਗੇ ਹੋਏ ਆ ਸਾਹਮਣੇ ਉਹ ਦਿਸ ਗਿਆ ਅਤੇ ਆਹ ਤੂੜੀ ਲਈ ਆ ਅਤੇ ਇਹ ਹੁਣ ਅੱਜ ਸਾਰੀ ਢੋਣੀ ਆ ਆਪਾਂ ਢੋ ਕੇ ਸਾਰੀ ਘਰੇ ਸਿੱਟਣੀ ਲਿਜਾ ਕੇ ਜੀ ਆਹ ਤੂੜੀ ਆ ਆ ਜਿੰਨੀ ਵੀ ਹਨਾ ਉਹ ਲੱਗੇ ਹੋਏ ਅੱਧੀ ਧਾੜ 'ਤੇ ਸਮਝ ਲਓ ਪਾ ਲਈ ਅਸੀਂ 20-25 ਪੱਲੀਆਂ 20 ਪੰਨਾ ਹੋ ਗਈਆਂ ਹੋਣੀਆਂ ਅਤੇ ਕੁਛ 2-3 ਆਹ ਪੱਲੀਆਂ ਵਾ ਅਤੇ ਅੱਜ ਅੱਲਾ ਤਾਂ ਸਾਰੀ ਚੱਕ ਜਾਣੀ ਆ ਅੱਜ ਆ ਵਿਹਲੀ ਕਰ ਦੇਣੀ ਇੱਥੋਂ ਜਗ੍ਹਾ ਟਰਾਲੀ ਵੀ ਆਉਂਦੀ ਆ ਟਰਾਲੀ ਲੈ ਕੇ ਆਉਂਦਾ ਬਲਾਲ ਅਤੇ ਫਿਰ ਖਲਾਸ ਸ਼ਾਬਾਸ਼ ਜਲਦੀ ਕਰ ਜਲਦੀ ਬਹਿ ਗਿਆ ਤੂੰ ਥੱਕ ਗਿਆ ਉੱਲੂ ਦੇ ਕੰਨਾਂ ਪਾਣੀ ਸਾਰਾ ਝੰਬ ਗਿਆ ਹਾਂਜੀ ਪਹਿਲਾਂ ਕੰਮ ਤਾਂ ਕਰ ਲਈਏ ਥੋੜ੍ਹਾ ਜਿਹਾ ਚਾਹ ਵੀ ਆ ਜਾਂਦੀ ਅੱਗੇ ਪੀ ਕੇ ਹਟਿਆ ਬਿਸਕੁਟ ਝੰਬ ਕੇ ਤੇ ਹਟਿਆ ਅੱਧੀ ਹੋ ਗਈ ਤੇ ਨਿਸ਼ਾਨੀ ਦਾ ਹੀ ਲਾਉਣਾ ਨਵੀਂ ਹੈਗੀ ਆ ਕੋਈ ਨੀ ਰਲ ਜਾਣੀ ਆ ਤੇ ਨੀਮਾ ਨੀ ਆਪਣਾ ਜੇ ਦੁੱਧ ਲੈਣ ਹੁੰਦਾ ਉਹਨਾਂ ਦਾ ਲੋ ਜੀ ਦੋ ਟਰਾਲੀ ਲੱਗ ਲਈ ਆ ਹੁਣ ਘਰੇ ਵਾਪਸ ਜਾ ਰਹੇ ਆ ਇੰਨੇ ਰਹਿ ਗਈ ਆ ਪਿਆਰ ਨਾਲ ਜਾਂਦੀ ਓਏ ਬਸ ਹੋ ਗਿਆ ਨਾ ਨਹੀਂ ਇੱਛਾ ਏ ਤੇ ਮੈਂ ਬਸ ਫੱਟ ਨੂੰ ਕਹਿਣਾ ਨਹੀਂ ਨਹੀਂ ਉਹ ਆਲਾ ਓਏ ਜਾ ਦੇ ਦਾ 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 ਦਾ
ਇੱਥੇ ਲਾਉਣੀ ਤੂੜੀ, ਜਗ੍ਹਾ ਸਾਫ ਕਰਤੀ ਹੈ ਸਾਰੀ, ਲੈਣ ਕੇ ਇੱਥੇ ਲਾਉਣੀ ਆ। ਕੱਲ ਬੜਾ ਔਖਾ ਲਿਆਂਦਾ ਇਹਨੂੰ, ਲੈ ਵੀ ਲਾਈਏ ਤੂੜੀ ਨੂੰ, ਟਰਾਲੀ ਵਿਹਲੀ ਕਰੀਏ ਚੁਟਕੀ ਮਾਰ ਕੇ। ਲੋ ਜੀ ਤੂੜੀ ਦਾ ਲਾਦਾ ਢੇਰ, ਜਦੋਂ ਡੇਢ ਇੱਕ ਟਰਾਲੀ ਹੋਰ ਆਈ ਤੇ ਇਹਨੇ ਲੱਗ ਜਾਣਾ ਦੜਾ। ਆ ਵੇਖ ਲਓ ਵੀ ਹਾਲੇ ਇੱਕ ਟਰਾਲੀ ਆ, ਹਜੇ ਟਰਾਲੀ ਦੇ ਵਿੱਚ ਪਈ ਤੂੜੀ, ਤੇ ਹਾਲੇ ਡੇਢ ਟਰਾਲੀ ਹੋਰ ਹੋ ਜਾਣੀ ਹੈ। ਕਿੰਨੀਆਂ ਭਰ ਕੇ ਲਿਆਂਦੀਆਂ ਨਾ, ਉੱਤੇ ਸੈੱਟ ਉੱਤੇ ਉੱਤੇ। ਕਾਲਾ ਕੱਢੀ ਜਾਂਦਾ ਦੂਜੀ ਸਾਰ ਚੰਗੀ ਪੰਡ ਪਾਓ, ਚੰਗੀ ਭਲੀ ਤੂੜੀ ਪਾਏ ਨੀ ਆ ਗਈ ਉਹ ਪੰਡ ਲਵਾ ਲਿਓ ਦੋ ਦੋ ਮਨ ਦੀ ਪੰਡ ਚੜਾਉਣੀ ਪੈਂਦੀ ਬਈ। ਪੰਡ ਪਾਓ ਉਸ ਪੱਲੀ ਜੋ ਉੱਥੇ ਰੱਖੋ, ਅੱਗੇ ਲਿਆ ਮੈਂ ਚੜਾ ਤੀਆਂ ਵਾ, ਅੱਗੇ ਲਿਆ ਕਿੱਥੇ ਉੱਥੇ ਅੱਗੇ ਬੰਪਰ ਪਿੱਛੇ ਹੋਇਆ, ਹੁਣ ਪਿੱਛੇ ਚੱਲ ਜਾ ਲੋ ਜੀ ਟਰਾਲੀ ਆ ਵੀ ਲਾ ਦਿੱਤੀ, ਇੱਥੋਂ ਮੁੱਕ ਗਈ ਆ ਥੋੜੀ ਬਹੁਤੀ, ਜਿਹੜੇ ਨਾ ਇਕੱਠੀ ਕਰਨ ਵਾਲੀ ਰਾਹ ਦੋ ਤਿੰਨ ਪੰਨਾ, ਤੇ ਆਹ ਲੈ ਕੇ ਚੱਲਦੇ ਆ ਜਾ ਕੇ ਲਾਹਵਣ, ਤੇ ਮੈਂ ਇਕੱਠੀ ਕਰ ਦੇਵਾਂ ਆਹ ਜਿਹੜੀ ਤਰਿੰਗਲ ਨਾਲ। ਲੈ ਬਈ ਲੋ ਜੀ ਦੋਸਤੋ, ਹੁਣ ਚੱਲੀਏ ਤੂੜੀ ਜਿਹੜੀ ਨੇ ਇਕੱਠੀ ਕਰਤੀ ਆ, ਇੱਕ ਦੋ ਦੋ ਪੰਨਾ ਹੋ ਜਾਣੀਆਂ ਇੱਥੋਂ ਜਿਹੜੀ ਇਕੱਠੀ ਕੀਤੀ ਤਰਿੰਗਲ ਨਾਲ, ਤੇ ਹੁਣ ਚੱਲੀਏ। ਉਹਨਾਂ ਨੇ ਮੇਰੇ ਹਿਸਾਬ ਨਾਲ ਅੱਧੀ ਪਚੱਧੀ ਲਾਹਤੀ ਹੋਣੀ, ਪਤਾ ਨਹੀਂ ਲਾਈ ਕਿ ਨਹੀਂ। ਕਿ ਉਹਨਾਂ ਨੇ ਵੇਖੀਏ ਟਾਈਮ ਕੀ ਹੋ ਗਿਆ, 10:30 ਤੇ ਰਾਤ ਦੀ ਰੋਟੀ ਖਾਧੀ ਹੋਈ ਆ, ਦੋ ਡੇਢ ਕਿੱਲੇ ਤੂੜੀ ਚੱਕ ਲਈ, ਹਾਲੇ ਰੋਟੀ ਨਹੀਂ ਖਾਧੀ। ਸੁਬਹ ਚਾਹ ਅਤੇ ਬਿਸਕੁਟ ਨਾਲ ਨਾਸ਼ਤਾ ਕੀਤਾ ਅਸੀਂ, ਅਤੇ ਉੱਦਾਂ ਹੀ ਆ ਗਏ, ਅਤੇ ਇੱਕ ਟਰਾਲੀ ਲਾ ਕੇ ਆਣ ਕੇ
ਪੰਜ ਜਣੇ ਸੀ, ਕਿਲੋ ਮਠਿਆਈ ਅਤੇ ਸਵਾ ਦੋ ਦੀ ਬੋਤਲ ਪੀਤੀ, ਤਾਂ ਹੁਣ ਪਹੁੰਚਦਿਆਂ ਖੋਹ ਪਈ ਜਾਂਦੀ ਜਾ ਕੇ ਰੋਟੀ ਖਾਂਦੇ। ਸੁਬਹਾ ਲੱਗੀਆਂ 10:30 ਹੋ ਗਏ, ਰਾਤ ਦੀ ਰੋਟੀ ਖਾਧੀ ਹੋਈ। ਬੰਦਾ ਤਿੰਨ ਪੰਡਾਂ ਇਕੱਠੀਆਂ ਕਰਕੇ ਜਿਹੜੀਆਂ ਆ ਉਦੋਂ ਦੀਆਂ ਲਾਹਤੀ, ਮਾਸ਼ਾਅੱਲਾ। ਇੱਦਾਂ ਤਾਂ ਗਮਲੇ 'ਚ ਵਾੜੀ ਜਾਂਦੇ ਤੁਸੀਂ, ਉਹਨਾਂ ਦਾ ਤੂਤ ਬੰਦ ਕਰ ਦੋਗੇ। ਮੋਗੀ ਮੋਗੀ ਉੱਥੇ ਤਾਂ ਮੋਗੀ ਆ, ਇੱਧਰ ਆਇਆ ਬੱਛਾ ਮਾਰੂਗਾ ਮੇਰੀ ਜੁੱਤੀ ਉਰੇ। ਹਾਂ 70 ਮਾਨ ਤੋਂ ਉੱਤੇ ਹੀ ਹੋਣੀ ਆ ਮੇਰੇ ਹਿਸਾਬ ਨਾਲ। ਹਾਂ ਉੱਤੇ ਚੜ੍ਹਨਾ ਆਇਆ ਬਈ ਤੇਰੀ, ਇੱਥੇ ਰੱਖ ਪੈਰ। ਕਿੱਦਾਂ ਬੈਠੀ ਆ? ਆਹੋ ਠੀਕ ਹੋ ਗਿਆ। ਲਓ ਜੀ ਤੂੜੀ ਪਾ ਤੀ। ਲਓ ਜੀ ਦੋਸਤੋ, ਫਿਲਹਾਲ ਜਾਣਾ ਨਾ ਸੁਬਹਾ ਪੱਠੇ ਨਹੀਂ ਵੱਡੇ ਸਿਆ, ਅੱਜ ਗਤਾਵਾ ਕਰਤਾ ਤੂੜੀ ਪਾ ਕੇ, ਚੋਕਰ 'ਤੇ ਆਟਾ ਪੂਰਾ ਸਾਰੇ ਡੰਗਰਾਂ ਨੂੰ 10 ਕਿਲੋ ਅਤੇ 10 ਕਿਲੋ ਚੋਕਰ 'ਤੇ ਆਟਾ ਪਾ ਤਾ ਹੁਣ, ਅਤੇ ਹਾਲੇ ਤਾਂ ਵੀ ਨਖਰੇ ਕਰਨ ਨਹੀਂ ਆ, ਅਤੇ ਹੁਣ ਜਾ ਕੇ ਪੱਠੇ ਵੱਢਣੇ ਆ ਕਿਉਂਕਿ ਸੁਬਹਾ ਤੂੜੀ ਢਾਉਂਦੇ ਰਹੇ ਹਾਂ। ਅਤੇ ਜਿਹੜਾ ਨਾ ਇਹਦੀ ਧੀ ਅੱਜ ਮਰ ਗਈ, ਲਾਲ ਕੁੱਕੜੀ ਸੀ ਸਾਡੇ ਕੋਲੋਂ, ਫਿਰਦੀ ਹੁੰਦੀ ਜਿਹਨੇ ਅੱਗੇ ਬੱਚੇ ਨਹੀਂ ਛੱਡੇ, ਉਹਨੂੰ ਪਤਾ ਨਹੀਂ ਅਚਾਨਕ ਕੀ ਹੋਇਆ ਤੂੰ ਹੁਣ ਭੁੜਕੀ ਗਈ, ਇੱਕੋ ਟਾਈਮ ਭੁੜਕੀ ਤਾਂ ਹੁਣ ਮਰ ਗਈ ਆ, ਹੁਣ ਉਹ ਪਰਾਂ ਸਿੱਟ ਕੇ ਹੁੰਦੀ ਆ ਚੂਚਿਆਂ ਦੀ ਮਾਂ, ਇਹ ਆ ਫਿਰਦੇ ਨਹੀਂ ਇਹਨਾਂ ਦੀ ਮਾਂ, ਅਤੇ ਇੱਦਾਂ ਦੀ ਸੀ ਸਾਗੀ। ਅਤੇ ਫਿਰ ਆ ਜਾਣਾ ਤੂੜੀ ਦਾ ਢੇਰ ਲਾ ਤਾ, ਖਿਲਾਰਨ ਵਾਲੀਆਂ ਵੀ ਪਹੁੰਚੀਆਂ ਹੀ ਆ ਮਾਸ਼ਾਅੱਲਾ। ਪਰ ਚੱਲ ਪੀਏ ਵੇਦੀਏ ਚੱਲ, ਅਤੇ ਜਿਹੜਾ ਨਾ ਤੂੜੀ ਦਾੜੀ ਸਾਰੀ ਹੈ ਨਾ ਲਿਆਣ ਕੇ ਸਿੱਟਦੀ, ਹੁਣ ਇਹਨੂੰ ਕੱਜਣਾ ਵਾ ਕਿਸ ਤਰੀਕੇ, ਲਿਆਣ ਕੇ ਤਰਪਾਲ ਤਰਪੂਲ ਸਿੱਟਦੇ ਹਾਂ, ਅਤੇ ਪੱਠੇ ਵੱਢਣੇ ਵਾਲੇ ਕਿਉਂਕਿ ਸੁਬਹਾ ਨਹੀਂ ਵੱਢੇ ਸੀ ਇਸ ਪਾਰੋਂ, ਹੋਰ ਕੀ ਕਰੀਏ ਬਈ। 5 ਸੀਲ ਜਿਹੜੇ ਇਹ ਵੀ ਡਿੱਗਦੇ ਫਿਰਦੇ, ਇੱਧਰੋਂ ਵੀ ਨੱਪ ਇੱਧਰੋਂ ਵੀ। ਮੈਂ ਕਹਿਣਾ ਖਿੱਲਰ ਜਾਣਾ ਐਵੇਂ ਰਹਿੰਦਾ ਕੁਛ, ਉਹ ਵੀ ਪੂਰਾ ਹੋ ਜਾਣਾ ਸੁਬਹਾ ਦੀ ਕਰ ਵੇਖ ਲਈ ਤੂੰ। ਅਰੇ ਅੱਜ ਤਾਂ ਹਵਾ ਵੀ ਚੱਲੀ ਹੋਈ, ਬੱਦਲ ਛਿੱਦਲ ਖਲਾ ਤਾ। ਲੋ ਜੀ ਦੋਸਤੋ ਫਿਲਹਾਲ ਜਾਣਾ ਨਾ, ਇਹ ਆ ਸਾਡੀ ਅੱਜ ਦੀ ਵੀਡੀਓ, ਉਮੀਦ ਕਰਦਾ ਕਿ ਅੱਛੀ ਲੱਗੇ, ਜੇ ਅੱਛੀ ਲੱਗੇ ਤਾਂ ਲਾਈਕ ਕਰ ਦੇਣਾ, ਸਾਡੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਦੇਣਾ, ਦੋਸਤਾਂ ਨਾਲ ਸ਼ੇਅਰ ਕਰ ਦੇਣਾ। ਮਿਲਦਾ ਫਿਰ ਅਗਲੀ ਵੀਡੀਓ 'ਚ, ਅੱਲਾ ਹਾਫਿਜ਼, ਬਾਏ ਬਾਏ ਬਾਏ।